जी बिल्कुल इस वक्त हम मौजूद हैं आबद मल्ली जो कि एक पंजाब पुलिस की जानब से इश्तिहारी भी था उसके घर मौजूद हैं उनके वालद साहब के साथ मौजूद हैं जिसको पुलिस ने कल शाम को अरेस्ट किया था हमारे साथ उनके वालद मौजूद हैं हम इनसे जानते हैं कि इनका क्या कहना है और इन्होंने कैसे उसको अरेस्ट करवाया जी बताइएगा कि ये कैसे वकूआ हुआ था और कैसे आपने उसको पकड़वाया था पुलिस से एक महीना हो गया सारे ऐसे वकूए ਜਿਹੜਾ ਆਪਣੇ ਤੇ ਮੋਟਰਵੇ ਤੇ ਹੋਇਆ ਨਿਕੋਨਾ ਬੱਚਾ ਮੇਰਾ ਜਿਹੜਾ ਉਹ ਫਰਾਰ ਹੋ ਗਿਆ ਇੱਕ ਮਹੀਨੇ ਤੋਂ ਬਾਅਦ ਇੱਕ ਮਹੀਨੇ ਤੋਂ ਪੰਜ ਦਿਨ ਤੋਂ ਬਾਅਦ ਜਨਾਬ ਉਹਨੇ ਫੋਨ ਕੀਤਾ ਮੈਨੂੰ ਰਾਤ 3:32 ਮਿੰਟਾਂ ਤੇ ਉਹਨੂੰ ਮੈਂ ਇਹ ਗੱਲ ਕਹੀ ਵੀ ਪੁੱਤਰ ਤੂੰ ਖੁਦਾ ਦਾ ਨਾਮ ਕਰਕੇ ਆ ਜਾ ਸਾਡੀਆਂ ਬੱਚੀਆਂ ਜਿੰਨੀਆਂ ਵੀ ਨੇ ਤੋੜ ਫੋਟਾ ਵਾਸਤੱਕ ਸਭ ਪੁਲਿਸਾਂ ਨੇ ਫੜ ਕੇ ਥਾਣੇ 'ਚ ਟੱਕ ਦਿੱਤੀਆਂ ਨੇ ਸਾਰ ਮੇਰਾ ਬੇਟਾ ਮੇਰੇ ਤੇ ਮੁਤਬਨ ਹੋ ਗਿਆ ਉਹਨੇ ਮੈਨੂੰ ਇਹ ਗੱਲ ਕਹੀ ਮੈਂ 6:30 ਵਜੇ ਅੱਬਾ ਜੀ ਮੈਂ ਤੁਹਾਡੇ ਘਰ ਆਵਾਂਗਾ 6:30 ਵਜੇ ਉਹ ਮੇਰੇ ਘਰ ਪਹੁੰਚ ਗਿਆ ਉਹਦੇ ਨਾਲ ਮੈਂ ਗੱਲਬਾਤ ਕੀਤੀ ਉਹਨੂੰ ਮੈਂ ਮਦਲਾਸਾ ਦਿੱਤਾ ਮੈਂ ਉਹਨੂੰ ਕਪੜੇ ਪਾਟੇ ਸਨ ਜਨਾਬ ਔਰਤ ਬਾਦ ਉਹਨੇ ਮੈਂ ਕਪੜੇ ਦਿੱਤੇ ਉਹਨੂੰ ਮੈਂ ਤਸੱਲੀ ਦਿੱਤੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਬਸ ਪੁਲਿਸ ਜਿਹੜੀ ਉੱਤੇ ਬੈਠੀ ਏ ਉਹ ਜਿਹੜੇ ਮਤਲਬ ਉਹ ਲੰਮੇ ਪੈ ਜਾਂਦੇ ਨੇ ਤੇ ਫਿਰ ਮੈਂ ਤੈਨੂੰ ਜਿਹੜੀ ਉੱਤੇ ਵਾਲੀ ਚਾਦਰ ਮੈਂ ਉਹ ਦਵਾਂਗਾ ਉਹਨੇ ਕਿ ਠੀਕ ਹੈ ਬੱਜੀ ਉਹ ਬੈਠ ਗਿਆ ਮਕਾਨ ਦੇ ਪਿਛਲੇ ਸਾਈਡ ਮੈਂ ਪੁਲਿਸ ਵਾਲਿਆਂ ਨੂੰ ਖੁਦ ਬੁਲਾ ਕੇ ਵਟੇ ਮਾਰ ਕੇ ਉਪਰ ਉਤਨੀ ਚਲੇ ਆਇਆ نیچے ਲਿਆ ਕੇ ਪੁਲਿਸ ਵਾਲਿਆਂ ਨੂੰ ਮੈਂ ਨਾਲ ਲੈ ਗਿਆ ਜਾ ਕੇ ਆਬਦ ਨੂੰ ਮੈਂ ਖੁਦ ਗਲੇ ਤੋਂ ਫੜ ਕੇ ਠਾਇਆ ਤੇ ਮੈਂ ਆਬਦ ਨੂੰ ਆਪਣੇ ਪਾਸ ਲੈ ਆਇਆ ਪੁਲਿਸ ਵਾਲੇ ਕਹਿਣ ਲੱਗੇ ਜੀ ਬਸ ਠੀਕ ਹੈ ਬਾਬਾ ਜੀ ਤੂੰ ਪਿਛાડ ਜਾ ਮੈਂ ਅਸੀਂ ਇਹਨੂੰ ਮਾਰਨਾ ਹੈ ਮੈਂ ਕਿਹਾ ਤੁਸੀਂ ਇਹਨੂੰ ਕਿਉਂ ਮਾਰਨਾ ਜਦੋਂ ਮੇਰੇ ਤੋਂ ਤਮਾਦ ਤੇ ਆਇਆ ਹੈ ਤੇ ਮੇਰੇ ਤਮਾਦ ਤੇ ਆਉਣ ਨਾਲ ਮੈਂ ਤੁਹਾਨੂੰ ਇਹ ਕੰਮ ਨਹੀਂ ਕਰਨ ਦੇਣਾ ਦੂਸਰੀ ਸਰ ਰਿਕਵੈਸਟ ਹੈ ਉਹ ਤੋਂ ਬਾਅਦ ਅੰਦਰ ਲੈ ਆਂਦਾ ਹੈ ਪੁਲਿਸ ਵੀ ਜਿਹੜੀ ਉਹ ਸਾਰੀ ਅੰਦਰ ਆ ਗਈ ਘਰ ਮਕਾਨ ਮੈਂ ਖਾਲਦ ਵਟ ਨੂੰ ਫੋਨ ਕੀਤਾ ਹੈ ਖਾਲਦ ਵਟ ਆ ਗਿਆ ਮੈਂ ਉਸ ਕੋ ਜਿਹੜਾ ਖਾਲਦ ਵਟ ਦੇ ਹਵਾਲੇ ਕਰਦੀ ਹੈ ਖਾਲਦ ਵਟ ਨੇ ਆਪਣੀ ਗੱਡੀ ਪਰ ਬਿਠਾ ਕੇ ਆਬਦ ਕੋ सेम है पहुँचा दिया अब आप, आप क्या चाहते हैं पुलिस से क्या चाहते हैं क्या आप इस बात पे मुतमिन हैं कि आपने जो काम किया है उसको पकड़वा के वो ठीक किया है जो मैं काम किया है वो मैं ठीक किया है अल्लाह ताला को सोच के अल्लाह ताला की मदद ना मैं अल्लाह ताला को मान के मैं नबी का कलमा पढ़ के मैं उसको पढ़ाया और तो बाद जनाब रिक्वेस्ट की बात यह है ਵੀ ਮੈਂ ਆਪਣੇ ਬੇਟੇ ਕੇ ਵਕੂਏ ਕੇ ਮਤਲਕ ਮੈਂ ਨੂੰ ਉਹਦੇ ਨਾਲ ਕੋਈ ਟਾਈਮ ਕਰਨ ਮੇਰੇ ਕੋਲ ਨਹੀਂ 5 6 ਮਿੰਟ ਮੈਂ ਉਹ ਉਸ ਕੋ ਖਾਲਦ ਕੀ ਗੱਡੀ ਪਰ ਬਿਠਾ ਦਿਆ ਮੈਂ ਉਸ ਸੇ ਕੋਈ ਗੱਲ ਬਾਤ ਨਹੀਂ ਪੁੱਛੀ ਵੀ ਜੋ ਤੂੰ ਬਾਤ ਕੀ ਹੈ ਆਪਣੇ ਮੋਟਰਵੇ ਮੈਂ ਉਹ ਸਹੀ ਹੈ ਕਿ ਗਲਤ ਹੈ ਮੈਨੂੰ ਇਹ ਪੁਲਿਸ ਨੇ ਟਾਈਮ ਹੀ ਨਹੀਂ ਦਿਆ ਉਸ ਤੋਂ ਬਾਅਦ ਉਹ ਜਨਾਬ ਮੇਰੀ ਉਹ ਚਲੇ ਗਏ ਨੇ ਉਸ ਤੋਂ ਬਾਅਦ ਮੇਰੀਆਂ ਬੱਚੀਆਂ ਫੋਟਾ ਵਾਸਤੇ ਲੈ ਕੇ ਜਵਾਨਾਂ ਬੱਚੀਆਂ ਮੇਰੀਆਂ ਮੇਰੇ ਛੋਟੇ ਛੋਟੇ ਬੱਚੇ ਮੇਰੀਆਂ ਬੇਵੀਆਂ ਸਭ ਥਾਣੇ ਵਿੱਚ ਭੇਜੀਆਂ ਗਈਆਂ ਨੇ ਸਰ ਮੇਰੀ ਇੱਕ ਰਿਕਵੈਸਟ ਹੈ ਮੇਰੇ ਬੱਚੇ ਛੋੜ ਦੇ ਦੇ जी जैसा कि आपने अभी सुना है कि आबद मली के वाल जो कि हमारे साथ इस वक़्त मौजूद हैं उन्होंने कहा है कि पीछे एक माह से हमारी बच्चियों को हमारे घर वालों को जितने भी हैं उनको पुलिस ने अपनी हिरासत में लिया हुआ है मैंने खुद उसको पेश करवाया पुलिस के सामने तो मेरी ये आला हुकाम से उन्होंने अपील की है कि अगर आबद मली ने आबद मली को पकड़ लिया गया है पंजाब पुलिस की जानब से जिसको मैंने ख़ुद पेश उन्होंने कहा है उनके बकौला के मैंने ਖੁਦ ਪੇਸ਼ ਕਰਵਾਇਆ ਤਾਂ ਮੇਰੇ ਜੋ ਦੂਸਰੇ ਲਵਾਹੀ ਕੀ ਨੇ उनको जल्द से जल्द ਰਹਾ کیا جائے جی जी बिल्कुल इस वक्त हम मौजूद हैं आबद मल्ली जो कि एक पंजाब पुलिस की जानब से इश्तिहारी भी था उसके घर मौजूद हैं उनके वालद साहब के साथ मौजूद हैं जिसको पुलिस ने कल शाम को अरेस्ट किया था हमारे साथ उनके वालद मौजूद हैं हम इनसे जानते हैं कि इनका क्या कहना है और इन्होंने कैसे उसको अरेस्ट करवाया जी बताइएगा कि ये कैसे वकूआ हुआ था और कैसे आपने उसको पकड़वाया था पुलिस से एक महीना हो गया सारे ऐसे वकूएँ ਜਿਹੜਾ ਆਪਣੇ ਤੇ ਮੋਟਰਵੇ ਤੇ ਹੋਇਆ ਨਿਕੋਨਾ ਬੱਚਾ ਮੇਰਾ ਜਿਹੜਾ ਉਹ ਫਰਾਰ ਹੋ ਗਿਆ ਇੱਕ ਮਹੀਨੇ ਤੋਂ ਬਾਅਦ ਇੱਕ ਮਹੀਨੇ ਤੋਂ ਪੰਜ ਦਿਨ ਤੋਂ ਬਾਅਦ ਜਨਾਬ ਉਹਨੇ ਫੋਨ ਕੀਤਾ ਮੈਨੂੰ ਰਾਤ 3:32 ਮਿੰਟਾਂ ਤੇ ਉਹਨੂੰ ਮੈਂ ਇਹ ਗੱਲ ਕਹੀ ਵੀ ਪੁੱਤਰ ਤੂੰ ਖੁਦਾ ਦਾ ਨਾਮ ਕਰਕੇ ਆ ਜਾ ਸਾਡੀਆਂ ਬੱਚੀਆਂ ਜਿੰਨੀਆਂ ਵੀ ਨੇ ਤੋੜ ਫੋਟਾ ਵਾਸਤ ਤੱਕ ਸਭ ਪੁਲਿਸਾਂ ਨੇ ਫੜ ਕੇ ਥਾਣੇ 'ਚ ਟੱਕ ਦਿੱਤੀਆਂ ਨੇ ਸਾਰ ਮੇਰਾ ਬੇਟਾ ਮੇਰੇ ਤੇ ਮੁਤਬਨ ਹੋ ਗਿਆ ਉਹਨੇ ਮੈਨੂੰ ਇਹ ਗੱਲ ਕਹੀ ਮੈਂ 6:30 ਵਜੇ ਅੱਬਾ ਜੀ ਮੈਂ ਤੁਹਾਡੇ ਘਰ ਆਵਾਂਗਾ 6:30 ਵਜੇ ਉਹ ਮੇਰੇ ਘਰ ਪਹੁੰਚ ਗਿਆ ਉਹਦੇ ਨਾਲ ਮੈਂ ਗੱਲਬਾਤ ਕੀਤੀ ਉਹਨੂੰ ਮੈਂ ਮਦਲਾਸਾ ਦਿੱਤਾ ਮੈਂ ਉਹਨੂੰ ਕਪੜੇ ਪਾਟੇ ਸਨ ਜਨਾਬ ਔਰਤ ਬਾਦ ਉਹਨੇ ਮੈਂ ਕਪੜੇ ਦਿੱਤੇ ਉਹਨੂੰ ਮੈਂ ਤਸੱਲੀ ਦਿੱਤੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਪੁਲਿਸ ਜਿਹੜੀ ਉੱਤੇ ਬੈਠੀ ਹੈ ਉਹ ਜਿਹੜੇ ਮਤਲਬ ਉਹ ਲੰਮੇ ਪੈ ਜਾਂਦੇ ਨੇ ਤੇ ਫਿਰ ਮੈਂ ਤੈਨੂੰ ਜਿਹੜੀ ਉੱਤੇ ਵਾਲੀ ਚਾਦਰ ਮੈਂ ਉਹ ਦਵਾਂਗਾ ਉਹਨੇ ਕਿ ਠੀਕ ਹੈ ਬੱਬਾ ਜੀ ਉਹ ਬੈਠ ਗਿਆ ਮਕਾਨ ਦੇ ਪਿਛਲੇ ਸਾਈਡ ਮੈਂ ਪੁਲਿਸ ਵਾਲਿਆਂ ਨੂੰ ਖੁਦ ਬੁਲਾ ਕੇ ਵਟੇ ਮਾਰ ਕੇ ਉਪਰ ਉਤਨੀ ਚਲੇ ਆਇਆ نیچے ਲਿਆ ਕੇ ਪੁਲਿਸ ਵਾਲਿਆਂ ਨੂੰ ਮੈਂ ਨਾਲ ਲੈ ਗਿਆ ਜਾ ਕੇ ਆਬਦ ਨੂੰ ਮੈਂ ਖੁਦ ਗਲੇ ਤੋਂ ਫੜ ਕੇ ਠਾਇਆ ਤੇ ਮੈਂ ਆਬਦ ਨੂੰ ਆਪਣੇ ਪਾਸ ਲੈ ਆਇਆ ਪੁਲਿਸ ਵਾਲੇ ਕਹਿਣ ਲੱਗੇ ਜੀ ਬਸ ਠੀਕ ਹੈ ਬਾਬਾ ਜੀ ਤੂੰ ਪਿਛાડ ਜਾ ਮੈਂ ਅਸੀਂ ਇਹਨੂੰ ਮਾਰਨਾ ਹੈ ਮੈਂ ਕਿਹਾ ਤੁਸੀਂ ਇਹਨੂੰ ਕਿਉਂ ਮਾਰਨਾ ਜਦੋਂ ਮੇਰੇ ਤੋਂ ਤਮਾਦ ਤੇ ਆਇਆ ਹੈ ਤੇ ਮੇਰੇ ਤਮਾਦ ਤੇ ਆਉਣ ਨਾਲ ਮੈਂ ਤੁਹਾਨੂੰ ਇਹ ਕੰਮ ਨਹੀਂ ਕਰਨ ਦੇਣਾ ਦੂਸਰੀ ਸਰ ਰਿਕਵੈਸਟ ਹੈ ਉਹ ਤੋਂ ਬਾਅਦ ਅੰਦਰ ਲੈ ਆਂਦਾ ਹੈ ਪੁਲਿਸ ਵੀ ਜਿਹੜੀ ਉਹ ਸਾਰੀ ਅੰਦਰ ਆ ਗਈ ਘਰ ਮਕਾਨ ਮੈਂ ਖਾਲਦ ਵਟ ਕੋ ਫੋਨ ਕੀਤਾ ਹੈ ਖਾਲਦ ਵਟ ਆ ਗਿਆ ਮੈਂ ਉਸ ਕੋ ਜਿਹੜਾ ਖਾਲਦ ਵਲ ਤੇ ਹਵਾਲੇ ਕਰ دیا۔ ਖਾਲਦ ਵਟ ਨੇ ਆਪਣੀ ਗੱਡੀ ਪਰ ਬਿਠਾ ਕੇ ਆਬਦ ਕੋ ਸੇਮ ਪਹੁੰਚਾ دیا۔ ਆਪ ਆਪ ਕੀ ਚਾਹਤੇ ਹੈਂ पुलिस से क्या जाते हैं क्या आप इस बात पे मुतमईन हैं कि आपने जो काम किया है उसको पकड़वा के वो ठीक किया है जो मैं काम किया है वो मैं ठीक किया है अल्लाह ताला को सोच के अल्लाह ताला दी मदद ना मैं अल्लाह ताला पे मान के मैं नबी का कलमा पढ़ के मैं उसको पढ़ा है और तो बात जनाब रिक्वेस्ट की बात ये है वे अपने बेटे के वकूए के मुतलक मैं नु ओदे नाल कोई टाइम कर मेरे को 5 6 मिनट में वो उसको ਗਲਤ ਕਿ ਗੱਡੀ ਪਰ ਪਿਠਾ ਰਿਹਾ ਮੈਂ ਉਸੇ ਕੋਈ ਗੱਲ ਬਾਤ ਨਹੀਂ ਪੁੱਛੀ ਪਰ ਜੋ ਤੂੰ ਬਾਤ ਕੀ ਹੈ ਆਪਣੇ ਮੋਟਰਵੇਅ ਮੈਂ ਉਹ ਸਹੀ ਹੈ ਕਿ ਗਲਤ ਹੈ ਮੇजे ਪੁਲਿਸ ਨੇ ਟਾਈਮ ਹੀ ਨਹੀਂ ਦਿਆ ਉਸ ਤੋਂ ਬਾਅਦ ਉਹ ਜਨਾਬ ਮੇਰੀ ਉਹ ਚਲੇ ਗਏ ਨੇ ਉਸ ਤੋਂ ਬਾਅਦ ਮੇਰੀਆਂ ਬੱਚਿਆਂ ਫੋਟੋ ਵਾਸਤੇ ਲੈ ਕੇ ਜਵਾਨਾਂ ਬੱਚੀਆਂ ਮੇਰੀਆਂ ਮੇਰੇ ਛੋਟੇ ਛੋਟੇ ਬੱਚੇ ਮੇਰੀਆਂ ਬੀਵੀਆਂ ਸਭ ਥਾਣੇ ਮੈਂ ਭੇਜੀਆਂ ਗਈਆਂ ਨੇ ਉਹਨੇ ਕਿ ਠੀਕ ਹੈ ਅੱਬ ਜੀ ਉਹ ਬੈਠ ਗਿਆ ਮਕਾਨ ਦੇ ਪਿਛਲੇ ਸਾਈਡ ਮੈਂ ਪੁਲਿਸ ਵਾਲਿਆਂ ਨੂੰ ਖੁਦ ਬੁਲਾ ਕੇ ਵਟੇ ਮਾਰਕ ਉਪਰ ਉਤਾਨੀ ਚਲੇ ਆਇਆ ਨੀਚੇ ਲਿਆ ਕੇ ਪੁਲਿਸ ਵਾਲਿਆਂ ਨੂੰ ਮੈਂ ਨਾਲ ਲੈ ਗਿਆ ਜਾ ਕੇ ਆਬਦ ਨੂੰ ਮੈਂ ਖੁਦ ਗਲੇ ਤੋਂ ਫੜ ਕੇ ਠਾਇਆ ਤੇ ਮੈਂ ਆਬਦ ਨੂੰ ਆਪਣੇ ਪਾਸ ਲੈ ਆਇਆ ਪੁਲਿਸ ਵਾਲੇ ਕਹਿਣ ਲੱਗੇ ਜੀ ਬਸ ਠੀਕ ਬਾਬਾ ਜੀ ਤੂੰ ਪਿਛાડ ਜਾ ਮੈਂ ਅਸੀਂ ਇਹਨੂੰ ਮਾਰਨਾ ਹੈ ਮੈਂ ਕਿਹਾ ਤੁਸੀਂ ਇਹਨੂੰ ਕਿਉਂ ਮਾਰਨਾ ਜਦੋਂ ਮੇਰੇ ਤੋਂ ਤਮਾਦ ਤੇ ਆਇਆ ਹੈ ਤੇ ਮੇਰੇ ਤਮਾਦ ਤੇ ਆਉਣ ਨਾਲ ਮੈਂ ਤੁਹਾਨੂੰ ਇਹ ਕੰਮ ਨਹੀਂ ਕਰਨ ਦੇਣਾ ਦੂਸਰੀ ਸਾਰ ਰਿਕਵੈਸਟੇ ਦੇ ਔਰ ਤੋਂ ਬਾਅਦ ਅੰਦਰ ਲੈ ਆਂਦਾ ਪੁਲਿਸ ਵੀ ਜਿਹੜੀ ਉਹ ਸਾਰੀ ਅੰਦਰ ਆ ਗਈ ਘਰ ਮਕਾਨ ਮੈਂ ਖਾਲਦ ਵਟ ਕੋ ਫੋਨ ਕੀਤਾ ਹੈ ਖਾਲਦ ਵਟ ਆ ਗਿਆ ਮੈਂ ਉਸ ਕੋ ਜਿਹੜਾ ਖਾਲਦ ਵਟ ਦੇ ਵਾਲੇ ਕਰਦੀ ਹੈ ਖਾਲਦ ਵਟ ਨੇ ਆਪਣੀ ਗੱਡੀ ਪਰ ਬਿਠਾ ਕੇ ਆਬਦ ਕੋ ਸੇਮ ਪਹਚਾ ਦੀ ਹੈ ਆਪ ਆਪ ਕੀ ਚਾਹਤੇ ਹੈ ਪੁਲਿਸ ਸੇ ਕੀ ਚਾਹਤੇ ਹੈ ਕੀ ਆਪ ਇਸ ਬਾਤ ਪੇ ਮਤਮਨ ਹੈ ਕਿ ਆਪਨੇ ਜੋ ਕੰਮ ਕੀਆ ਹੈ ਉਸ ਕੋ ਪਕੜਵਾ ਕੇ ਉਹ ਠੀਕ ਕੀ ਹੈ ਜੋ ਮੈਂ ਕੰਮ ਕੀਆ ਹੈ ਉਹ ਮੈਂ ਠੀਕ ਕੀਤਾ ਅੱਲਾਹ ਤਾਲਾ ਕੋ ਸੋਚ ਕੇ ਅੱਲਾਹ ਤਾਲਾ ਦੀ ਮਦਦ ਨਾਲ ਮੈਂ ਅੱਲਾਹ ਤਾਲਾ ਨੂੰ ਮੰਨ ਕੇ ਮੈਂ ਨਬੀ ਦਾ ਕਲਮਾ ਪੜ੍ਹ ਕੇ ਮੈਂ ਉਸ ਨੂੰ ਪੜਾਇਆ ਔਰ ਤੋਂ ਬਾਅਦ ਜਨਾਬ ਰਿਕਵੈਸਟ ਕੀ ਬਾਤ ਇਹ ਹੈ ਬੁਆ ਆਪਣੇ ਬੇਟੇ ਕੇ ਵਕੂਏ ਕੇ ਮਤਲਕ ਮੈਂ ਨੂੰ ਉਹਦੇ ਨਾਲ ਕੋਈ ਟਾਈਮ ਕਰਨ ਮੇਰੇ ਕੋਲ 5 6 ਮਿੰਟ ਮੈਂ ਉਹ ਉਸ ਨੂੰ ਖਾਲਦ ਦੀ ਗੱਡੀ ਪਰ ਬਿਠਾ ਦਿਆ ਮੈਂ ਉਸੇ ਕੋਈ ਗੱਲ ਬਾਤ ਨਹੀਂ ਪੁੱਛੀ ਜੋ ਤੂੰ ਬਾਤ ਕੀ ਹੈ ਆਪਣੇ ਮੋਟਰਵੇਅ ਮੈਂ ਉਹ ਸਹੀ ਹੈ ਕਿ ਗਲਤ ਹੈ ਮੇਜ ਪੂਰ ਸਨੇ ਟਾਈਮ ਹੀ ਨਹੀਂ ਦਿਆ ਉਸ ਤੋਂ ਬਾਅਦ ਉਹ ਜਨਾਬ ਮੇਰੀ ਉਹ ਚਲੇ ਗਏ ਨੇ ਉਸ ਤੋਂ ਬਾਅਦ ਮੇਰੀਆਂ ਬੱਚੀਆਂ ਫੋਟੋ ਆਫਤੋ ਲੈ ਕੇ ਜਵਾਨਾਂ ਬੱਚੀਆਂ ਮੇਰੀਆਂ ਮੇਰੇ ਛੋਟੇ ਛੋਟੇ ਬੱਚੇ ਮੇਰੀਆਂ ਬੀਵੀਆਂ ਸਭ ਥਾਣੇ ਵਿੱਚ ਭੇਜੀਆਂ ਗਈਆਂ ਨੇ ਸਰ ਮੇਰੀ ਰਿਕਵੈਸਟ ਹੈ ਮੇਰੇ ਬੱਚੇ ਛੋੜ ਦੇ जी जैसा कि आपने अभी सुना है कि आबद मली के वालद जो कि हमारे साथ इस वक्त मौजूद हैं उन्होंने कहा है कि पिछले एक माह से हमारी बच्चियों को हमारे घर वालों को जितने भी हैं उनको पुलिस ने अपनी हिरासत में लिया हुआ है मैंने ख़ुद उसको पेश करवाया पुलिस के सामने तो मेरी ये आला हुकाम से उन्होंने अपील की है कि अगर आबद मली ने आबद मली को पकड़ लिया गया है पंजाब पुलिस की जानब से जिसको मैंने ख़ुद पेश उन्होंने कहा उनके बकौल है कि मैंने ਖੁਦ ਪੇਸ਼ ਕਰਵਾਇਆ ਤਾਂ ਮੇਰੇ ਜੋ ਦੂਸਰੇ ਲਵਾਹੀ ਕੀਨੇ ਹਨ उनको जल्द से जल्द ਰਹਾ کیا جائے ਜੀ